ਕਿੱਦਾਂ ਕੀਤਾ ਗਿਆ? ਪਿਛਲੇ ਫਰਾਈਡੇ ਨੂੰ ਪਠਾਨਕੋਟ ਦੇ ਵਿੱਚ ਡਬਲ ਮਰਡਰ ਹੋ ਗਿਆ ਸੀ। ਬੜਾ ਸੈਂਸੇਸ਼ਨਲ ਮਰਡਰ ਔਰ ਬੜਾ ਬਰੂਚੁਅਲ ਮਰਡਰ ਸੀਗਾ। ਰਾਜਕੁਮਾਰ ਔਰ ਚੰਪਾ ਦੇਵੀ ਜੀ ਹਸਬੈਂਡ ਵਾਈਫ ਕਪਲ ਸੀਗੇ ਔਰ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਮਾਰਤਾ ਗਿਆ ਸੀ। ਮੌਕੇ 'ਤੇ ਬਲਾਈਂਡ ਕੇਸ ਸੀਗਾ, ਬਿਲਕੁਲ ਕੋਈ ਉਹਨਾਂ ਵੱਲੋਂ ਘਰਦਿਆਂ ਵੱਲੋਂ ਇਹ ਗੱਲ ਨਹੀਂ ਪਤਾ ਲੱਗੀ ਵੀ ਕਿਹਨੇ ਕੀਤਾ। ਬਟ ਇਹਦੀ ਤਫਤੀਸ਼ ਜਿਹੜੀ ਆ ਉਹ ਸਾਇੰਟੀਫਿਕਲੀ ਬੜੇ ਅੱਛੇ ਤਰੀਕੇ ਦੇ ਨਾਲ ਕੇਸ ਦੀ ਕੀਤੀ ਗਈ ਹੈ। ਅਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਸੀਂ ਜਿਹੜਾ ਇਹਦਾ ਮੁੱਖ ਮੁਰਜਮ ਹੈਗਾ ਬਲਵਿੰਦਰ ਏਲੀਅਸ ਕਾਲੂ, ਉਹਨੂੰ ਅਰੈਸਟ ਕਰ ਲਿਆ ਅਰਲੀ ਮੋਰਨਿੰਗ। ਅੱਜ ਰੇਲਵੇ ਸਟੇਸ਼ਨ ਕੰਦਰੂਲੀ ਆ, ਨਾਲ ਹੀ ਹਿਮਾਚਲ 'ਚ ਪੈ ਜਾਂਦਾ। ਉਹਦੇ ਰੇਲਵੇ ਸਟੇਸ਼ਨ ਤੋਂ ਇਹ ਵਾਪਸ ਆ ਰਿਹਾ ਸੀ ਪਠਾਨਕੋਟ ਨੂੰ ਦਸੂਹੇ ਤੋਂ, ਤਾਂ ਉੱਥੇ ਪੁਲਿਸ ਟੀਮ ਜਿਹੜੀਆਂ ਔਲਰੇਡੀ ਅਸੀਂ ਲਾਈਆਂ ਹੋਈਆਂ ਸੀ ਉਹਨਾਂ ਨੇ ਅਲਰਟ ਟੀਮਸ ਨੇ ਇਹਨੂੰ ਅਰੈਸਟ ਕਰ ਲਿਆ। ਇਹਦੀ ਤਫਤੀਸ਼ ਦੇ ਵਿੱਚ ਜਦੋਂ ਅਸੀਂ ਮੌਕੇ 'ਤੇ ਤਫਤੀਸ਼ ਕੀਤੀ ਸੀ, ਜਿਹੜੇ ਪਹਿਲੇ 24 ਘੰਟੇ ਨੇ, ਜਿੱਦਾਂ ਕਹਿੰਦੇ ਜੀ ਫਸਟ 24 ਆਰਸ ਦਾ ਗੋਲਡਨ ਆਰਸ, ਵੀ ਜਿਹਦੇ ਵਿੱਚ ਮੈਕਸਿਮ ਚੀਜ਼ਾਂ ਕ੍ਰਾਈਮ ਸੀਨ ਤੋਂ ਬੰਦੇ ਨੂੰ ਪਤਾ ਲੱਗਦੀਆਂ, ਸਾਨੂੰ ਵੀ ਕ੍ਰਾਈਮ ਸੀਨ ਦੇ ਉੱਪਰੋਂ ਔਰ ਅਸੀਂ CCTV 'ਤੇ ਜਿਹੜਾ ਫੁਟੇਜ ਨੂੰ ਅਨੈਲਿਸਿਸ ਕਰਕੇ ਜਿਹੜੀ ਤਫਤੀਸ਼ ਆਪਣੀ ਬਣਾਈ ਸੀ, ਉਹ ਤੋਂ ਸਾਨੂੰ ਅਗਲੇ ਦਿਨ ਹੀ ਇਹ ਪਤਾ ਲੱਗ ਗਿਆ ਸੀਗਾ ਵੀ ਜਿਹੜਾ ਇਹਨਾਂ ਦਾ ਨੌਕਰ ਹੈਗਾ ਬਲਵਿੰਦਰ ਏਲੀਅਸ ਕਾਲੂ, ਉਹ ਗਾਇਬ ਹੈ। ਇਹ ਮਹੀਨੇ ਕੁ ਤੋਂ ਇਹਨਾਂ ਦੇ ਘਰ ਇਹਨਾਂ ਨੇ ਕੰਮ 'ਤੇ ਰੱਖਿਆ ਸੀਗਾ। ਉਹ ਤੋਂ ਇਹਨਾਂ ਦੀ ਜਿਹੜੀ ਐਕਟਿਵਾ ਸਕੂਟਰ ਸੀਗਾ ਬਲੈਕ ਕਲਰ ਦਾ, ਉਹ ਵੀ ਗਾਇਬ ਸੀਗਾ। ਜਦੋਂ ਇਹਨਾਂ ਦੀ ਬੇਟੀ ਚੰਡੀਗੜ੍ਹੋਂ ਆਈ, ਉਹਨੇ ਘਰ ਦੀ ਚੈਕਿੰਗ ਕੀਤੀ ਅਤੇ ਉਹਦੇ ਵਿੱਚ ਜੂਲਰੀ ਜਿਹੜੀ ਸੀਗੀ, ਕਾਫੀ ਜੂਲਰੀ ਜਿਹੜੀ ਆ ਉਹ ਵੀ ਚੋਰੀ ਹੋਈ ਹੋਈ ਸੀਗੀ। ਸੋ ਇਹਨਾਂ ਐਂਗਲਸ ਦੇ ਉੱਪਰ ਜਿਹੜੀ ਸ਼ੱਕ ਦੀ ਸੂਈ ਹੈਗੀ ਆ, ਉਹ ਪਹਿਲਾਂ ਵੀ ਕਾਲੂ ਅਤੇ ਬਲਵਿੰਦਰ 'ਤੇ ਜਾਂਦੀ ਸੀਗੀ ਵੀ ਇਹ ਬੰਦਾ ਗਾਇਬ ਕਿਉਂ ਆ। ਫਿਰ ਜਦੋਂ CCTV ਐਨਾਲਾਈਜ਼ ਕੀਤਾ ਗਿਆ, ਜਦੋਂ ਉਹ ਬੰਦਾ ਘਰ ਤੋਂ ਕੰਮ 'ਤੇ ਸਵੇਰੇ ਆ ਰਿਹਾ ਸੀ, ਉਸ ਫੁਟੇਜ ਦੇ ਵਿੱਚ ਉਹਦੀ ਜਿਹੜੀ ਡਰੈੱਸ ਸੀਗੀ, ਜਿਹੜੇ ਉਹਨੇ ਕੱਪੜੇ ਪਾਏ ਸੀਗੇ, ਔਰ ਜਦੋਂ ਉਹ ਕਤਲ ਕਰਨ ਤੋਂ ਬਾਅਦ ਐਕਟਿਵਾ 'ਤੇ ਦੌੜ ਗਿਆ, ਉਦੋਂ ਉਹਨੇ ਕੱਪੜੇ ਡਿਫਰੈਂਟ ਪਾਏ ਸੀ ਔਰ ਡਿਜ਼ੀਜ਼ਡ ਦੇ ਹੀ ਪਾਏ ਸੀ। ਰਾਜਕੁਮਾਰ ਜੀ ਦਾ ਲੋਅਰ ਜਿਹੜਾ ਹੈਗਾ ਉਹਨੇ ਪਾਇਆ ਹੋਇਆ ਸੀ, ਜਿਹੜਾ ਉਹਨਾਂ ਦੀ ਬੇਟੀ ਨੇ ਆਈਡੈਂਟੀਫਾਈ ਕੀਤਾ CCTV ਤੋਂ ਬਾਅਦ ਦੇ ਵਿੱਚ ਫੁਟੇਜ ਤੋਂ, ਵੀ ਇਹ ਮੇਰੇ ਪਾਪਾ ਦਾ ਹੀ ਲੋਅਰ ਇਹਨੇ ਪਾਇਆ ਹੋਇਆ। ਔਰ ਜਿਹੜੇ ਉਹਦੇ ਪਹਿਲੇ ਕੱਪੜੇ ਸੀ CCTV ਫੁਟੇਜ ਤੋਂ, ਅਸੀਂ ਉਹ ਵੀ ਸ਼ਨਾਖਤ ਕਰਾਏ ਆ। ਜਿਹੜੇ ਲੋਕਾਂ ਨੇ ਉਹਨੂੰ ਦੇਖਿਆ ਸੀ, ਉਹਨਾਂ ਨੇ ਪਛਾਣ ਲਿਆ ਵੀ ਅੱਜ ਸਵੇਰੇ ਇਹਨੇ ਆਹੀ ਕੱਪੜੇ ਪਾਏ ਸੀ। ਉਹ ਸੇਮ ਜਿਹੜਾ ਸਕੂਟਰ ਸੀਗਾ, ਪੁਲਿਸ ਦੀ ਜਿਹੜੀ ਤਫਤੀਸ਼ ਦੇ ਦੌਰਾਨ ਉਹ ਰਿਕਵਰ ਹੋ ਗਿਆ, ਇੱਕ ਗਲੀ ਦੇ ਵਿੱਚ ਇਹ ਖੜ੍ਹਾ ਕਰਕੇ ਚਲੇ ਗਿਆ। ਫੁਟੇਜ ਤੋਂ ਨਜ਼ਰ ਆ ਰਿਹਾ ਸੀ ਵੀ ਇਹ ਸਕੂਟਰ ਨੂੰ ਛੱਡ ਰਿਹਾ ਔਰ ਉੱਥੋਂ ਜਾ ਰਿਹਾ। ਜਦੋਂ ਅਸੀਂ ਉਹਨੂੰ ਸਕੂਟਰ ਨੂੰ ਰਿਕਵਰ ਕੀਤਾ ਸੀ, ਤਾਂ ਉਹਦੇ ਵਿੱਚੋਂ ਜਿਹੜੇ ਉਹ ਕੱਪੜੇ ਜਿਹੜੇ ਬਲੱਡ ਸਟੇਨਸ ਨਾਲ ਲਿਬੜੇ ਹੋਏ, ਬਲੱਡ ਦੇ ਨਾਲ ਉਹ ਕੱਪੜੇ ਜਿਹੜੇ ਨੇ ਕਤਲ ਵੇਲੇ ਪਾਏ ਹੋਏ ਸੀਗੇ ਸਵੇਰ ਵਾਲੇ, ਉਹ ਰਿਕਵਰ ਹੋ ਗਏ ਸੀਗੇ, ਜਿੱਥੇ ਸਾਡਾ ਸ਼ੱਕ ਜਿਹੜਾ ਉਹ ਸਾਬਤ ਹੋ ਗਿਆ ਸੀ ਵੀ ਇਸ ਬੰਦੇ ਨੇ ਕਤਲ ਕੀਤਾ। ਬਟ ਇਹ ਉੱਥੋਂ ਰਸਤੇ ਬਦਲ ਕੇ ਇਹਨੇ ਪਹਿਲਾਂ ਟਰਾਈ ਕੀਤੀ ਉਹ ਸਕੂਟਰ ਵੇਚਣ ਦੀ, ਜਿਹੜੇ ਆ ਸਕੂਟਰ ਆ ਉਹ ਇਹਨੇ 40,000 ਤੋਂ ਵੇਚਣਾ ਸ਼ੁਰੂ ਕੀਤਾ, ਕਿਸੇ ਨੂੰ 40,000 ਦਾ, ਕਿਸੇ ਨੂੰ 30,000, 20,000, ਐਂਡ ਦੇ ਵਿੱਚ ਲਾਸਟ ਬੰਦੇ ਕੋਲ ਇਹ 10,000 ਦੇ ਵਿੱਚ ਵੀ ਮੰਨ ਗਿਆ ਵੀ ਸਕੂਟਰ ਲੈ ਲਓ। ਬਟ ਇਹਨੂੰ ਕੋਈ ਬੰਦਾ ਇਹਦਾ ਹੋਲੀਆ ਦੇਖ ਕੇ ਔਰ ਇਹਦਾ ਸਟਾਈਲ ਦੇਖ ਕੇ ਕੋਈ ਬੰਦਾ ਕਨਵਿੰਸ ਨਹੀਂ ਹੋਇਆ ਅਤੇ ਇਹਦੇ ਕੋਲ ਵਿਕਿਆ ਨਹੀਂ। ਫਿਰ ਹਾਰ ਕੇ ਇੱਕ ਜਗ੍ਹਾ 'ਤੇ ਖੜ੍ਹਾ ਕਰਕੇ ਜਦੋਂ ਪੁਲਿਸ ਦੀ ਜ਼ਿਆਦਾ ਪ੍ਰੈਜੈਂਸ ਹੋ ਗਈ ਅਤੇ ਛੱਡ ਕੇ ਉਹਨੂੰ ਦੌੜ ਗਿਆ। ਇਹਨੇ ਬੜੇ ਅਬੰਡਨ ਰਸਤੇ ਯੂਜ਼ ਕੀਤੇ ਜਿੱਥੇ CCTV ਨਹੀਂ ਸੀਗੇ, ਅਤੇ ਇੱਥੋਂ ਇਹ ਦੌੜ ਕੇ ਦਸੂਹੇ ਚਲਾ ਗਿਆ, ਉੱਥੇ ਸ਼ਰਾਬ ਸ਼ਰੂਬ ਪੀਂਦਾ ਰਿਹਾ, ਜਿਹੜੇ ਪੈਸੇ ਸੀਗੇ ਉਹ ਇਹਨੇ ਖਰਚ ਲਏ। ਬਟ ਜਾਣ ਤੋਂ ਪਹਿਲਾਂ ਇਹ ਲਮੀਨੀ ਜਿਹੜਾ ਹੈਗਾ ਸਟੇਡੀਅਮ ਹੈਗਾ, ਉਹਦੇ ਕੋਲ ਇੱਕ ਉਜਾੜ ਜਗ੍ਹਾ ਹੈਗੀ ਆ, ਉਹਦੇ ਵਿੱਚ ਜਿਹੜੀ ਜੂਲਰੀ ਇਹਨੇ ਚੋਰੀ ਕੀਤੀ ਸੀ ਘਰ ਦੇ ਵਿੱਚ, ਉਹ ਦੱਬ ਗਿਆ ਉੱਥੇ ਮਾਰਕਾ ਲਾ ਕੇ, ਨਿਸ਼ਾਨ ਲਾ ਕੇ, ਵੀ ਤਾਂ ਕਿ ਬਾਅਦ 'ਚ ਜਦੋਂ ਮੈਂ ਇਹਨੂੰ ਇੱਥੋਂ ਕੱਢ ਲਊਂਗਾ। ਅੱਜ ਅਰਲੀ ਮੋਰਨਿੰਗ ਅਲਰਟ ਟੀਮਸ ਨੇ, ਅਸੀਂ ਕਾਫੀ ਟੀਮਾਂ ਬਣਾਈਆਂ ਹੋਈਆਂ ਸੀ ਇਹਨੂੰ ਬੰਦੇ ਨੂੰ ਅਰੈਸਟ ਕਰਨ ਲਈ, ਔਰ ਉਹਨਾਂ ਦੇ ਵਿੱਚੋਂ ਜਿਹੜੀਆਂ ਬੱਸ ਸਟੈਂਡ ਰੇਲਵੇ ਸਟੇਸ਼ਨਸ 'ਤੇ ਟੀਮ ਲੱਗੀਆਂ ਸੀ, ਉਹਨਾਂ 'ਚੋਂ ਇੱਕ ਟੀਮ ਨੇ ਇਹਨੂੰ ਰੇਲਵੇ ਸਟੇਸ਼ਨ ਤੋਂ ਅਰੈਸਟ ਕਰ ਲਿਆ। ਔਰ ਜਦੋਂ ਇਹਨੇ ਕਨਫੈਸ਼ਨ ਕੀਤਾ, ਜਿਹੜੀ ਫਸਟ ਇਹਦੀ ਇੰਟੈਰੋਗੇਸ਼ਨ ਹੈਗੀ ਆ, ਉਹਦੇ ਵਿੱਚ ਜਿਹੜਾ ਬੜਾ ਸੈਂਸੇਸ਼ਨਲ ਡਿਸਕਲੋਜ਼ਰ ਹੋਏ ਆ, ਜਿਹਦੇ ਵਿੱਚ ਇਹ ਕਹਿ ਰਿਹਾ ਸੀ ਵੀ ਇੱਕ ਤਾਂ ਇਹ ਪੈਸੇ ਤੋਂ ਦੁਖੀ ਸੀਗਾ, ਪੈਸੇ ਦਾ ਮਾਮਲਾ ਸੀ, ਦੂਜਾ ਇਹਦੀ ਨੀਤ ਜਿਹੜੀ ਬਦਨੀਤ ਹੋ ਗਈ ਸੀ, ਕਿਉਂਕਿ ਇਹ ਉਹਨਾਂ ਓਲਡ ਏਜ ਕਪਲ ਦੇ ਕੋਲ ਇੱਕ ਨੌਕਰ ਸੀ ਜਿਹੜਾ ਸਾਰਾ ਘਰ ਦਾ ਕੰਮਕਾਰ ਸੰਭਾਲ ਰਿਹਾ ਸੀ। ਇਹਨੇ ਉਹਨਾਂ ਦੇ ਘਰ ਦੇ ਵਿੱਚ ਆਪਣੀ ਪਛਾਣ ਬਣਾ ਲਈ ਸੀ, ਸਾਰਾ ਘਰ ਦੀ ਰੈਕੀ ਕਰਕੇ ਇਹਨੂੰ ਪਤਾ ਲੱਗ ਗਿਆ ਸੀ ਵੀ ਗਹਿਣੇ ਕਿੱਥੇ ਪਏ ਆ, ਪੈਸਾ ਕਿੱਥੇ ਪਿਆ।
ਅਤੇ ਉਹ ਇਹਦੀ ਨੀਤ ਜਿਹੜੀ ਹੈਗੀ ਆ ਉਹ ਮਾੜੀ ਹੋ ਗਈ ਸੀਗੀ। ਉਸ ਦਿਨ ਇਹਨੇ ਉਹਨਾਂ ਦਾ ਜਿਹੜਾ ਜਦੋਂ ਉਹ ਲੇਡੀ ਆਫ ਦਾ ਹਾਊਸ ਹੈ ਪੁਸ਼ਪਾ ਚੰਪਾ ਦੇਵੀ ਜੀ, ਉਹ ਜਦੋਂ ਬਾਹਰ ਸਬਜ਼ੀ ਲੈਣ ਗਏ ਅਤੇ ਉਦੋਂ ਉਹ ਜਿਹੜੇ ਰਾਜਕੁਮਾਰ ਜੀ ਘਰ 'ਚ ਇਕੱਲੇ ਸੀ, ਉਹਨਾਂ ਨੇ ਉਹ ਰੋਟੀ ਖਾ ਰਹੇ ਸੀ ਅਤੇ ਉਦੋਂ ਇਹਨੇ 3:30 ਦੀ ਉਸ ਦਿਨ ਦੀ ਗੱਲ ਆ ਫਰਾਈਡੇ ਦੀ, ਇਹਨੇ ਉਹਨਾਂ ਦੇ ਸਿਰ 'ਤੇ ਵਾਰ ਕਰਨੇ ਸ਼ੁਰੂ ਕੀਤੇ। ਜਿਹੜਾ ਉਹ ਇੱਕ ਗੋਡੀ ਕਰਨ ਵਾਲਾ ਹੁੰਦਾ ਉਹ ਇੰਸਟਰੂਮੈਂਟ ਇਹਨੇ ਉਹ ਰੰਬਾ ਟਾਈਪ ਇੰਸਟਰੂਮੈਂਟ ਹੱਥੀਂ ਲਾ ਕੇ ਬਣਾਇਆ ਸੀ, ਰਿਕਵਰ ਉਹ ਵੀ ਰਿਕਵਰ ਕੀਤਾ ਗਿਆ। ਉਹਦੇ ਨਾਲ ਇਹਨੇ ਬੜੇ ਸੰਗੀਨ ਉਹਨਾਂ 'ਤੇ ਵਾਰ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ। ਉਹ ਤੋਂ ਬਾਅਦ ਇਹਨੇ ਘਰ ਦੇ ਵਿੱਚੋਂ ਸਾਰਾ ਸਮਾਨ ਚੋਰੀ ਕਰ ਲਿਆ। ਇਹਦਾ ਮੀਨਵਾਈਲ ਉਹ ਲੇਡੀ ਚੰਪਾ ਦੇਵੀ ਜੀ ਬਾਹਰੋਂ ਸਬਜ਼ੀ ਲੈ ਕੇ ਆ ਗਏ, ਫਿਰ ਇਹਨੇ ਉਹਨਾਂ ਨੂੰ ਵੀ ਅਟੈਕ ਕੀਤਾ, ਉਹਨਾਂ ਦਾ ਵੀ ਕਤਲ ਕੀਤਾ। ਜਿਹੜੇ ਉਹ ਸਬਜ਼ੀ ਵਾਲੇ ਲਿਫਾਫੇ ਸੀ ਉਹੀ ਇਹਨਾਂ ਦੇ ਮੂੰਹ ਦੇ ਵਿੱਚ ਇਹਨੇ ਪਾ ਕੇ ਉਹਨਾਂ ਦਾ ਮੂੰਹ ਬੰਦ ਕਰ ਦਿੱਤਾ। ਅਤੇ ਉਹ ਤੋਂ ਬਾਅਦ ਇਹਨੇ ਉੱਥੋਂ ਕੱਪੜੇ ਬਦਲ ਕੇ ਚੇਂਜ ਕਰਕੇ ਇਹ ਫਿਰ ਆਪਣਾ ਸਕੂਟਰ ਲੈ ਕੇ ਉਹਨਾਂ ਦਾ ਉੱਥੋਂ ਫਰਾਰ ਹੋ ਗਿਆ। ਪਰ ਦੇਖੋ ਇਹ ਐਡਾ ਛਾਤਰ ਕ੍ਰਿਮੀਨਲ ਸੀਗਾ, ਜਾਣ ਤੋਂ ਪਹਿਲਾਂ ਇਹਨੇ ਇੱਕ ਸਬਜ਼ੀ ਵਾਲੀ ਉਹ ਜਿਹੜੀ ਹੈ ਉਹ ਕੜਾਹੀ ਜਿਹੜੀ ਆ ਉਹਦੇ ਉੱਪਰ ਗੈਸ ਦੇ ਉੱਪਰ ਰੱਖਤੀ ਤਾਂ ਕਿ ਵੀ ਇਹ ਲੱਗੇ ਵੀ ਇਹ ਸਬਜ਼ੀ ਜਿਹੜੀ ਹੈਗੀ ਗਰਮ ਹੋ ਰਹੀ ਸੀ, ਅਤੇ ਗੈਸ ਜਿਹੜੀ ਹੈਗੀ ਉਹਨੂੰ ਔਨ ਕਰ ਦਿੱਤਾ। ਗੈਸ ਦੀ ਪਾਈਪ ਦੇ ਵਿੱਚ ਵੀ ਇਹਨੇ ਛੇਦ ਕੀਤਾ ਵੀ ਇਹ ਇੱਕ ਸਿਲੰਡਰ ਬਲਾਸਟ ਕਰ ਜਾਵੇ, ਅਤੇ ਉਹ ਤੋਂ ਬਾਅਦ ਇਹ ਜਿਹੜਾ ਸੀਨ ਆਫ ਕ੍ਰਾਈਮ ਆ ਉਹ ਡਿਸਟਰਾਏ ਹੋ ਜਾਊਗਾ, ਤਾਂ ਲੋਕਾਂ ਨੂੰ ਲੱਗੇਗਾ ਵੀ ਇਹ ਸਿਲੰਡਰ ਦੇ ਬਲਾਸਟ ਕਰਕੇ ਇਹ ਹੋ ਗਿਆ ਹੋਣਾ। ਬਟ ਉਹ ਫੋਰਚੁਨੇਟਲੀ ਜਿਹੜਾ ਉਹ ਤਾਕੀਆਂ ਸੀਗੀਆਂ ਦਰਵਾਜ਼ੇ ਸੀ ਖੁੱਲ੍ਹੇ ਸੀ ਘਰ ਦੇ, ਅਤੇ ਉਹ ਤੋਂ ਪਹਿਲਾਂ ਹੀ ਜਿਹੜਾ ਲੜਕੀ ਨੇ ਘਰ ਦੇ ਆਪਣੇ ਪੇਰੈਂਟਸ ਨੂੰ ਫੋਨ ਕੀਤੇ ਅਤੇ ਉਹ ਨਹੀਂ ਉਹਨਾਂ ਨੇ ਰਿਪਲਾਈ ਕੀਤਾ, ਉਹਨੇ ਆਂਢ ਗੁਆਂਢ ਤੋਂ ਜਿਹੜਾ ਉਹ ਪਤਾ ਕਰਾ ਲਿਆ ਅਤੇ ਉਹ ਬਲਾਸਟ ਨਹੀਂ ਹੋ ਸਕਿਆ ਉਸ ਟਾਈਮ 'ਤੇ। ਸੋ ਇਹ ਬੜਾ ਸੈਂਸੇਸ਼ਨਲ ਮਰਡਰ ਸੀ ਜਿਹੜਾ ਪੁਲਿਸ ਨੇ ਬੜਾ ਟਾਈਮਲੀ ਟਰੇਸ ਕੀਤਾ ਔਰ ਬੜਾ ਸਾਇੰਟੀਫਿਕਲੀ ਕੀਤਾ। ਮੌਕੇ ਦੇ ਉੱਪਰੋਂ ਸਾਨੂੰ ਫੁੱਟਪ੍ਰਿੰਟਸ ਵੀ ਮਿਲੇ ਸੀ ਜਿਹੜੇ ਬਲੱਡ ਦੇ, ਜਿੱਥੇ ਕਿ ਫਰਸ਼ ਦੇ ਉੱਪਰ ਵੀ ਔਰ ਇੱਕ ਜਿਹੜਾ ਪੂਜਾ ਰੂਮ ਦਾ ਕੱਪੜਾ ਸੀ ਥੱਲੇ ਦਰੀ ਸੀ ਉਹਦੇ ਉੱਪਰ ਵੀ ਮਿਲੇ ਸੀ। ਉਹ ਵੀ ਅਸੀਂ ਜਿਹੜੇ ਹੈਗੇ ਆ ਅਸੀਂ ਕਰਾ ਰਹੇ ਹਾਂ, ਮੈਚਿੰਗ ਕਰਾ ਰਹੇ ਹਾਂ ਸਾਇੰਟੀਫਿਕਲੀ। ਜਿਹੜੇ ਲੇਡੀ ਵੀ ਚੰਪਾ ਦੇਵੀ ਸੀ ਉਹਨਾਂ ਦੇ ਹੱਥ 'ਚ ਸਟਰਗਲ ਕਰਦੇ ਹੋਏ ਬਾਲ ਵੀ ਮਿਲੇ ਸੀਗੇ ਜਿਹੜੇ ਅਸੀਂ ਔਲਰੇਡੀ ਪ੍ਰਜ਼ਰਵ ਕੀਤੇ ਹੋਏ ਆ, ਉਹ ਵੀ ਇਹਦੇ ਬਾਲਾਂ ਦੇ ਨਾਲ DNA ਟੈਸਟਿੰਗ ਕਰਾ ਰਹੇ ਹਾਂ। ਔਰ ਬੜਾ ਫੂਲ ਪਰੂਫ ਕੇਸ ਅਸੀਂ ਇਹ ਜਿਹੜਾ ਬਣਾ ਰਹੇ ਹਾਂ ਤਾਂ ਕਿ ਜਿੰਨੇ ਬੰਦੇ ਨੇ ਇੰਨਾ ਕ੍ਰਿਮੀਨਲ ਐਕਟ ਕੀਤਾ, ਬਰੂਚੁਅਲ ਐਕਟ ਕੀਤਾ, ਉਹਨੂੰ ਅਸੀਂ ਸਜ਼ਾ ਤੱਕ ਅੰਜਾਮ ਤੱਕ ਪਹੁੰਚਾ ਸਕੀਏ।